ਠੀਕ ਹੈ ਨਾ। ਇਹ ਵੀ ਇੱਕ ਲਿਹਾਜ਼ ਨਾਲ ਖਵਾਤੀਨ ਦੇ ਹਵਾਲੇ ਨਾਲ ਹੈ, ਮੇਲ ਨਾਰਾਜ਼ ਨਾ ਸੀ ਮੈਂ, ਸਾਹਮਣੇ ਵੀ ਸਾਰੀ ਖਵਾਤੀਨ ਮੇਲ ਨਾਰਾਜ਼ ਨਾ ਸੀ ਮੈਂ, ਲੇਕਿਨ ਮੈਂ ਉਹਨਾਂ ਦੇ ਬਾਰੇ ਵਿੱਚ ਹੀ ਲਿਖੇ ਮੈਂ, ਇਹ ਗੱਲ ਕਹਿ ਨਹੀਂ ਕਿ ਉਹਨੇ ਬਿਲਕੁਲ ਹੀ ਜਿਹਾ ਮੁਹੱਬਤ ਕੋ ਡਸਨੇ ਲਗੀ ਹੈ ਯੇ ਜ਼ਾਤੇ, ਮੁਹੱਬਤ ਕੋ ਡਸਨੇ ਲਗੀ ਹੈ ਯੇ ਜ਼ਾਤੇ, ਵਫਾ ਰੋ ਰਹੀ ਹੈ, ਹੋਈ ਅਬ ਚਮਨ ਮੇਂ ਹੀ ਖੁਸ਼ਬੂ ਕੋ ਮਾਤੇ, ਹਵਾ ਰੋ ਰਹੀ ਹੈ, ਭਰਾ ਹੈ ਯੇ ਲੜਕੀ ਕੀ ਝੋਲੀ ਮੇਂ ਸਦੀਓਂ ਕਾ ਦੁੱਖ ਜਾਣੇ ਕਿਸਨੇ, ਭਰਾ ਹੈ ਯੇ ਲੜਕੀ ਕੀ ਝੋਲੀ ਮੇਂ ਸਦੀਓਂ ਕਾ ਦੁੱਖ ਜਾਣੇ ਕਿਸਨੇ, ਕਿ ਸ਼ਹਿਨਾਈ ਮੇਂ ਭੀ ਮਿਲੀ ਦਰਦ ਘਾਤੇ, ਹਿਨਾ ਰੋ ਰਹੀ ਹੈ। ਇਧਰ ਪਿਆਸ ਸਹਰਾ ਮੇਂ ਉਤਰੀ ਹੈ, ਦਹਿਕੀ ਹੈ ਇੱਕ ਧੂਪ ਹਰ ਸੂ, ਇਧਰ ਪਿਆਸ ਸਹਰਾ ਮੇਂ ਉਤਰੀ ਹੈ, ਦਹਿਕੀ ਹੈ ਇੱਕ ਧੂਪ ਹਰ ਸੂ, ਉਧਰ ਦਸ਼ਤ ਆਂਖੋਂ ਮੇਂ ਬੇਖਾਬ ਰਾਤੇ, ਜ਼ਿਆ ਰੋ ਰਹੀ ਹੈ, ਜੋ ਪਹਿਰੋਂ ਕਭੀ ਤੁਛੇ ਕਰਤੀ ਥੀ ਬਾਤੇ, ਜੋ ਹੰਸੀ ਬਹੁਤ ਥੀ, ਜੋ ਪਹਿਰੋਂ ਕਭੀ ਤੁਛੇ ਕਰਤੀ ਥੀ ਬਾਤੇ, ਜੋ ਹੰਸੀ ਬਹੁਤ ਥੀ, ਵੋ ਖੁਦ ਕੋ ਮੁਸਲਸਲ ਤੇਰੀ ਆਜ ਬਾਤੇ, ਸੁਨਾ ਰੋ ਰਹੀ ਹੈ, ਵੋ ਕੁਰਬਤ ਕੀ ਬਾਤੇ, ਵੋ ਮਹਿਕੀ ਸੀ ਰਾਤੇ ਕਹਾਂ ਖੋ ਗਈ ਹੈ, ਵੋ ਕੁਰਬਤ ਕੀ ਬਾਤੇ, ਵੋ ਮਹਿਕੀ ਸੀ ਰਾਤੇ ਕਹਾਂ ਖੋ ਗਈ ਹੈ, ਮੁਹੱਬਤ ਕੀ ਪੁਨੀ ਕਹਾਂ ਜਾ ਕੇ ਕਾਤੇ, ਦੁਆ ਰੋ ਰਹੀ ਹੈ, ਮੁਹੱਬਤ ਕੋ ਡਸਨੇ ਲਗੀ ਹੈ ਯੇ ਜ਼ਾਤੇ, ਵਫਾ ਰੋ ਰਹੀ ਹੈ। ਮੇਰਾ ਤਾਂ ਆਪਣਾ ਦਿਮਾਗ ਘੁੰਮਦੀ ਹੈ, ਕਿਉਂਕਿ ਹੇ ਕੌਣ ਦੀ ਪੋਲਟਰੀ, ਤਾਂ ਚਲੋ ਠੀਕ ਹੈ।